की करो अपने गवांडी जिले दे विच एरिए दे विच एरिए वाले जेडे नेड़े वाले उन्हां नूं जरूरी हैल्प करनी चाहीदी है, ज़्यादा सौखा हो जाए। तो मेरी ये बेनती है भी अपनी वित मुताबक जेड़ा भी कोई वीर भरा करना चाहुंदा अपने तरीके नाल करो, उहदे लई तुसीं झोलियां ना अड्डो कि लोकों सानूं पैसे भेजो ते असीं मदद करन लगे। ਏਰੀਏ ਦੇ ਵਿੱਚ ਇੱਕ ਬੰਦਾ ਰੋਟੀ ਦੇ ਆਇਆ, ਦੂਜਾ ਫਿਰ ਰੋਟੀਆਂ ਲੈ ਗਿਆ, ਤੀਜਾ ਫਿਰ ਰੋਟੀਆਂ ਲੈ ਗਿਆ, ਉਹ ਚੀਜ਼ਾਂ ਦਿਓ ਜਿਹੜੀ ਚੀਜ਼ ਦੀ ਇਲਾਕੇ 'ਚ ਲੋੜ ਹੈ, ਉਹ ਸੇਵਾ ਕਰਿਆ ਕਰੋ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਸੋ ਜੋ ਉਸ ਇਲਾਕੇ ਦੇ ਮੋਹਤਬਰ ਨੇ ਡੀਸੀ ਹੈ ਉਹਨਾਂ ਨਾਲ ਗੱਲ ਕਰੋ, ਦੱਸੋ ਜੀ ਕਿਹੜੇ ਇਲਾਕੇ 'ਚ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਅਸੀਂ ਉੱਦਾਂ ਦੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਕਿ ਪੰਜਾਬ ਦੀ ਧਰਤੀ ਉੱਤੇ ਮੌਨਸੂਨ ਆਉਣ ਕਾਰਨ ਜ਼ਿਆਦਾ ਬਰਸਾਤਾਂ ਹੋਈਆਂ, ਇਸ ਵਾਰੀ ਉੱਪਰ ਪਾਣੀ ਜ਼ਿਆਦਾ ਆ ਗਿਆ ਜਿਸ ਕਰਕੇ ਬਹੁਤ ਸਾਰੇ ਗੇਟ ਖੋਲ੍ਹ ਦਿੱਤੇ ਗਏ ਹੈ, ਦਰਿਆਵਾਂ ਦੇ ਨਦੀਆਂ ਦੇ ਬੰਨ ਟੁੱਟ ਗਏ ਹੈ। ਸੋ ਇਸ ਕਰਕੇ ਪੰਜਾਬ ਦੇ ਵਿੱਚ ਕਾਫੀ ਏਰੀਏ ਦੇ ਵਿੱਚ ਨੁਕਸਾਨ ਹੋਇਆ, ਰੋਪੜ ਦਾ ਇਲਾਕਾ ਹੋ ਗਿਆ, ਮੋਰਿੰਡੇ ਦਾ ਇਲਾਕਾ ਹੋ ਗਿਆ ਅਤੇ ਪਟਿਆਲੇ ਦਾ ਵੀ ਕੁਝ ਏਰੀਆ ਹੈ ਜਿੱਥੇ ਕਾਫੀ ਨੁਕਸਾਨ ਹੋਇਆ। ਮੈਂ ਆਪ ਜੀ ਨੂੰ ਬੇਨਤੀ ਕਰਨੀ ਸੀ ਕਿ ਇਸ ਵੇਲੇ ਆਪਣੇ ਭੈਣਾਂ ਭਰਾਵਾਂ ਦੇ ਨਾਲ ਖੜ੍ਹਨ ਦੀ ਲੋੜ ਹੁੰਦੀ ਹੈ। ਅਤੇ ਖੜ੍ਹਨਾ ਕਿਸ ਤਰੀਕੇ ਸਿਰ ਹੁੰਦਾ? ਸਾਡਾ ਗੁਆਂਢੀ ਇਲਾਕਾ ਹੈ ਜਿਹੜਾ, ਮੰਨ ਲਓ ਅਸੀਂ ਸਮਾਣੇ 'ਚ ਰਹਿੰਦੇ ਹਾਂ, ਸਾਡਾ ਗੁਆਂਢੀ ਇਲਾਕਾ ਪਟਿਆਲਾ, ਕੋਈ ਬੰਦਾ ਫਤਿਹਗੜ੍ਹ ਸਾਹਿਬ ਰਹਿੰਦਾ, ਇਹਨਾਂ ਦਾ ਗੁਆਂਢੀ ਇਲਾਕਾ ਜਿਹੜਾ ਖੰਨਾ, ਖੰਨੇ ਦਾ ਏਰੀਆ ਗੁਆਂਢੀ ਇਲਾਕਾ ਹੋ ਗਿਆ। ਹੁਣ ਕੀ ਕਰੋ ਆਪਣੇ ਗੁਆਂਢੀ ਜ਼ਿਲ੍ਹੇ ਦੇ ਵਿੱਚ ਏਰੀਏ ਦੇ ਵਿੱਚ ਏਰੀਏ ਵਾਲੇ ਜਿਹੜੇ ਨੇੜੇ ਵਾਲੇ ਉਹਨਾਂ ਨੂੰ ਜ਼ਰੂਰੀ ਹੈਲਪ ਕਰਨੀ ਚਾਹੀਦੀ ਹੈ, ਜ਼ਿਆਦਾ ਸੌਖਾ ਹੋ ਜਾਂਦਾ। ਜੇ ਇੱਕ ਏਰੀਆ ਦੂਸਰੇ ਏਰੀਏ ਦੀ ਹੈਲਪ ਕਰੇ, ਇੱਕ ਹਲਕਾ ਦੂਜੇ ਹਲਕੇ ਦੀ ਹੈਲਪ ਕਰੇ, ਇਹਦੇ ਨਾਲ ਵੀ ਬਹੁਤ ਕੁਝ ਹੋ ਜਾਂਦਾ ਹੁੰਦਾ, ਸਾਰੀ ਪ੍ਰੋਬਲਮ ਸੋਲਵ ਹੋ ਸਕਦੀ ਹੈ। ਰੋਟੀ ਪਾਣੀ ਦਾ ਜਾਂ ਪਾਣੀ ਦਾ ਪ੍ਰਬੰਧ ਕਰਨਾ, ਰੋਟੀ ਦਾ ਪ੍ਰਬੰਧ ਕਰਨਾ, ਇਹ ਸੌਖਾ ਹੋ ਜਾਂਦਾ। ਇੱਕ ਹੋਰ ਮੈਂ ਨਾਲ ਜਿਹੜੀ ਅਰਜ਼ ਕਰਨੀ ਸੀ ਕਿ ਜਿਹੜੀ ਵੀ ਤੁਸੀਂ ਹੈਲਪ ਕਰਦੇ ਹਾਂ ਆਪਣੇ ਪੈਰਾਂ 'ਤੇ ਹੋ ਕੇ ਕਰਿਓ, ਤੁਹਾਡੀ ਵਿੱਤ ਮੁਤਾਬਕ ਕਰੋ। ਇਹ ਨਾ ਹੋਵੇ ਕਿ ਹੁਣ ਉਹਨਾਂ ਦਾ ਪਾਣੀ ਵਿਖਾ ਕੇ, ਘਰਾਂ ਨੂੰ ਵਿਖਾ ਕੇ ਬਹੁਤ ਸਾਰੇ ਬੰਦੇ ਤੁਰ ਪੈਂਦੇ ਨੇ ਝੋਲਾ ਚੁੱਕ ਕੇ, ਜੀ ਅਸੀਂ ਹੁਣ ਦੁਨੀਆ 'ਚ ਲੋਕ ਪੈਸਾ ਦਿਓ, ਇਕੱਠਾ ਕਰੋ, ਅਸੀਂ ਤੁਹਾਡਾ ਅੱਗੇ ਪਹੁੰਚਾਵਾਂਗੇ, ਪੈਸਾ ਕਰੋ ਅਸੀਂ ਅੱਗੇ ਦੇਵਾਂਗੇ। ਇਹ ਹੋ ਗਿਆ ਕਿ ਹੜ੍ਹਾਂ ਨੂੰ ਵੇਟ ਹੀ ਕਰਦੇ ਹੁੰਦੇ ਨੇ, ਜਿਵੇਂ ਵੀ ਝੋਲੇ ਚੁੱਕੀਏ ਅਤੇ ਫਿਰ ਅਸੀਂ ਇਕੱਠੇ ਕਰਨ ਮਾਇਆ ਤੁਰ ਪਈਏ, ਕਿਉਂਕਿ ਲੋਕ ਭਾਵੁਕ ਹੋਏ ਆ, ਵਰਲਡ ਵੇਖ ਰਿਹਾ, ਅਗਲਾ ਕਹਿੰਦਾ ਯਾਰ ਸਾਡੇ ਭਰਾ ਤੰਗ ਨੇ, ਅਤੇ ਉਹ ਪਿਆਰ ਦੇ ਵਿੱਚ ਆ ਕੇ ਪੈਸਾ ਫਿਰ ਸਿੱਟਦੇ ਨੇ ਵੀ ਸਾਡਾ ਲਾਓ, ਸਾਡਾ ਪਹੁੰਚਾਓ, ਸਾਡਾ ਪਹੁੰਚਾਓ। ਅਤੇ ਮੇਰੀ ਇਹ ਬੇਨਤੀ ਹੈ ਵੀ ਆਪਣੀ ਵਿੱਤ ਮੁਤਾਬਕ ਜਿਹੜਾ ਵੀ ਕੋਈ ਵੀਰ ਭਰਾ ਕਰਨਾ ਚਾਹੁੰਦਾ ਆਪਣੇ ਤਰੀਕੇ ਨਾਲ ਕਰੋ, ਉਹਦੇ ਲਈ ਤੁਸੀਂ ਝੋਲੀਆਂ ਨਾ ਅੱਡੋ ਕਿ ਲੋਕਾਂ ਸਾਨੂੰ ਪੈਸੇ ਭੇਜੋ ਅਤੇ ਅਸੀਂ ਮਦਦ ਕਰਨ ਲੱਗੇ ਹਾਂ। ਸਾਡੀ ਪਰਮੇਸ਼ਰ ਦੁਆਰਾ ਸੰਸਥਾ ਵੱਲੋਂ ਵੀ ਅਸੀਂ ਕਰ ਰਹੇ ਹਾਂ, ਪਰ ਮੈਂ ਇਹ ਨਹੀਂ ਕਹਿੰਦਾ ਕਿ ਸਾਰੇ ਵਰਲਡ 'ਚ ਸਾਨੂੰ ਪੈਸਾ ਘੱਲਿਆ ਜਾਵੇ। ਅਸੀਂ ਅੱਜ ਸਵੇਰੇ DC ਦਫ਼ਤਰ ਸਾਡੇ ਬੰਦੇ ਜਾ ਕੇ ਆਏ ਨੇ, ਉਹਨਾਂ ਨੂੰ ਪੁੱਛਿਆ ਕਿ ਪਟਿਆਲੇ ਇਲਾਕੇ 'ਚ ਅਸੀਂ ਰਹਿੰਦੇ ਹਾਂ, ਇਸ ਏਰੀਏ 'ਚ ਕਿਸ ਚੀਜ਼ ਦੀ ਲੋੜ ਹੈ? ਉਹਨਾਂ ਨੇ ਪਹਿਲੀ ਕਿਹਾ, ਕਹਿੰਦੇ ਜੀ ਪਾਣੀ ਦੀ ਬੜੀ ਜ਼ਰੂਰਤ ਹੈ, ਪਾਣੀ ਭੇਜੋ। ਅਸੀਂ ਹੁਣ ਖਰੀਦ ਕੇ ਪਾਣੀ ਜਿਹੜਾ ਹੈ ਬੋਤਲਾਂ ਉਹਨਾਂ ਤੱਕ ਪਹੁੰਚਦੀਆਂ ਕਰਦੇ ਹਾਂ। ਉਹਨਾਂ ਨੂੰ ਪੁੱਛਾਂਗੇ ਵੀ ਹੁਣ ਦੱਸੋ ਕਿੱਥੇ ਰੋਟੀ ਦੀ ਲੋੜ ਹੈ, ਪ੍ਰਸ਼ਾਦੇ ਦੀ ਲੋੜ ਹੈ, ਕੱਪੜਿਆਂ ਦੀ ਲੋੜ ਹੈ, ਪਾਣੀ ਦੀ ਲੋੜ ਹੈ, ਜਿਹੜੀ ਚੀਜ਼ ਦੀ ਜ਼ਰੂਰਤ ਹੋਏਗੀ ਭੇਜਾਂਗੇ। ਮੇਰੀ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ, ਇੱਕ ਏਰੀਏ ਦੇ ਵਿੱਚ ਇੱਕ ਬੰਦਾ ਰੋਟੀ ਦੇ ਆਇਆ, ਦੂਜਾ ਫਿਰ ਰੋਟੀਆਂ ਲੈ ਗਿਆ, ਤੀਜਾ ਫਿਰ ਰੋਟੀਆਂ ਲੈ ਗਿਆ, ਉਹ ਚੀਜ਼ਾਂ ਦਿਓ ਜਿਹੜੀ ਚੀਜ਼ ਦੀ ਇਲਾਕੇ 'ਚ ਲੋੜ ਹੈ, ਉਹ ਸੇਵਾ ਕਰਿਆ ਕਰੋ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਅਸੀਂ ਇੱਕ ਪਾਸੇ ਪੈ ਜਾਂਦੇ ਹਾਂ, ਫਿਰ ਸਾਰਾ ਕੁਝ ਉਸੇ ਪਾਸੇ ਹੀ ਕਰਦੇ ਹਾਂ। ਸੋ ਜੋ ਉਸ ਇਲਾਕੇ ਦੇ ਮੋਹਤਬਰ ਨੇ DC ਹੈ ਉਹਨਾਂ ਨਾਲ ਗੱਲ ਕਰੋ, ਦੱਸੋ ਜੀ ਕਿਹੜੇ ਇਲਾਕੇ 'ਚ ਤੁਹਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ, ਅਸੀਂ ਉੱਦਾਂ ਦੀ ਸੇਵਾ ਕਰੀਏ। ਆਪਣੇ ਤੌਰ 'ਤੇ ਕਰੋ, ਆਪਣੇ ਤੌਰ 'ਤੇ, ਇਹਦੇ ਲਈ ਝੋਲੀਆਂ ਅੱਡ ਕੇ ਨਾ ਤੁਰ ਪਾਓ ਅਤੇ ਲਓ ਜੀ ਆਹ ਅਕਾਊਂਟ ਨੰਬਰ ਹੈ 'ਚ ਪੈਸਾ ਭੇਜੋ ਫਿਰ ਅਸੀਂ ਅੱਗੇ ਭੇਜਾਂਗੇ, ਇਹ ਕੰਮ ਬੰਦ ਕਰ ਦਿਓ, ਇਹ ਠੀਕ ਨਹੀਂ। ਅਗਲਾ ਪੁਆਇੰਟ ਹੈਗਾ, ਸਰਕਾਰਾਂ ਨੂੰ ਚਾਹੀਦਾ, ਕਰ ਰਹੇ ਹੋ ਹੋਰ ਦੱਬ ਕੇ ਕਰੋ, ਜਿੱਥੇ ਜਿੱਥੇ ਵੀ ਲੋੜ ਹੈ ਇਹਨਾਂ ਨੂੰ ਉਹਨਾਂ ਜਿਨ੍ਹਾਂ ਜਿਨ੍ਹਾਂ ਦਾ ਨੁਕਸਾਨ ਹੋ ਰਿਹਾ ਉਸ ਤਰੀਕੇ ਦੇ ਮੁਆਵਜ਼ੇ ਦਿਓ,
उस तरीके का प्रबंध करो जिन्ह के डंगर पशु मर गए ने उदा इंतजाम किया जाए घर ढह गए हैं। सो उदे वास्ते सरकारां जो भी इस कुदरती आफत विच कर सकदियां कर रही ने कोई दो रामा नहीं सारे मैं वेख रहा एम एल ए जिन्हें भी है आप भज भज के कर रहे हैं बड़ी चंगी गल कर रहे हो। खुद मुख्यमंत्री पंजाब दे जा रहे ने वह भी वेख्या मैं जिहड़े मोहतबर बंदे ने बड़ा चंगा लग रहा पर होर भी जिन्ना गौरमेंट कर सकती है जिम्मेवार क्योंकि जो सरकार कोल ताकत है वह आम बंदे को जिथे सरकार पहुँच सकती है उत्थे आम बंदा नहीं पहुँच सकता। सो गौरमेंट जिहड़ी साडी पंजाब दी भी है चाहे इंडिया दी भी है वह प्रोपर लोगों तक पहुँच बनावे ये एक मौका है जो ती सारे प्रवान होना है भी ठीक है दब के तुसी इस काम किया तो सरकार नू इहदे लई जरूरी चाहिए। सो अपने वालों मैं फिर बेनती करदा भी जो लोड़ीदियाँ चीज़ा ने वो दिओ इलाके दे डीसी नू मिलो जिहड़े जिहड़े एरिए विच जरूरत है वो चीज़ा तुसी दिओ अपने वित्त मुताबक करियो एवें झोलियाँ अड्डन की लोड़ नहीं। असी 5-7 हज़ार बंदे का खाना रोज़ इत्थे परमेश्वर द्वार बनाउने आ ते जे सानू होर जरूरत पेगी 5-7 हज़ार की असी होर बना लाँगे। होस्पिटल असी दवाइया फ्री बनते हैं साडे डॉक्टर साडियां दवाइया लैके असी पिंडा पिंडा च दवाइया भी लिजा सकते हैं जे सानू दसणगे भी इस एरिए आह चीज़ की जरूरत है असी पहुँचते करांगे। परमेश्वर द्वार के जिन्ने दल ने सेवादार ने जिहड़े प्यार करते ने अपने एरिए पता करो तो जिहड़ी चीज़ की लोड़ हैगी है भैणा भरावां की हैल्प करो। लास्ट गल जो मैं किया सो मैं पाया इस कॉन्सैप्ट तो असीं बच नहीं सकते कितें ना कितें सानू साड्या बन्ना नू मजबूत करना पैणा। तुसीं दरख्त लाओ मजबूत करो जिन्ने भी बन्न ने चाहे नदियां दे ने दरियावां दे ने हुण कई बन्न वाह दिते गए उत्थे फसल बीजी हुई है बन्न बन्न नहीं रह गया खेत विच रला लिया गया इन्हां चीज़ां तों भी गुरेज करना पैणा। दरख्त वध तों वध लाओ तां जो जिहड़े वह मजबूत रहन मिट्टी की पकड़ बनी रहे। हुण तां चलो मौका लंघ गया पर अग्गे करो अग्गे तों इहो जिहा कुछ ना वापरे। कुदरती आफतों तों बचण वास्ते जिन्ना कु असीं कोशिश कर सकते हैं उन्नी क करिए नहीं तो असीं अड़ता नहीं चलो कुदरत दे सिस्टम सामभ नहीं सकते पर फिर भी जिन्ना क यतन असीं कर सकते हैं वह करिए। लोग घग्गर दे दरिया वेख्या भी बड़ा लंबा है उधरों पुल तो आना पैना वह तोड़ के राह बना लेंगे भी मझां लंघाया करांगे सौखा होएगा मुड़ के जदों फिर पानी आउंदा सारा खत्म हो जाता। बहुत थावां ते इस तरह भी वापरदा है इन्हां चीज़ां का भी ख्याल रखने की लोड़ है अपने तौर पर करो तो गौरमेंट अपने तौर पर जरूर कोशिश करे थोड़ा थोड़ा इस वेले अपने भैणा भरावां का सहयोग दिओ तो अपने अपने तौर पर कोशिश करो। इन्नी क मैं आप जी को बेनती करनी सी।